ਫਿਰੋਜ਼ਪੁਰ ਦੇ ਦਿਹਾਤੀ ਹਲਕਾ ਤਲਵੰਡੀ ਪਾਈ ਦੇ ਨੇੜਲੇ ਪਿੰਡ ਵਾਲਾ ਜਵਾਹਰ ਸਿੰਘ ਵਾਲਾ ਦੇ ਨੌਜਵਾਨ ਹਰਵਿੰਦਰ ਸਿੰਘ ਉਮਰ 20 ਸਾਲ ਪੁੱਤਰ ਹਰਚੰਦ ਸਿੰਘ ਅਤੇ ਉਸ ਦਾ ਦੋਸਤ ਲਵਵੀਰ ਸਿੰਘ ਉਮਰ 20 ਸਾਲ ਪੁੱਤਰ ਜੁਗਰਾਜ ਸਿੰਘ ਵਾਸੀ ਜ਼ਿਲ੍ਹਾ ਫਿਰੋਜ਼ਪੁਰ ਨੇ ਬੀਤੇ ਦੇਰ ਸ਼ਾਮ ਸਲਫਾਸ ਨਿਗਲ ਲਈ। ਸਲਫਾਸ ਨਿਗਲਣ ਤੋਂ ਬਾਅਦ ਦੋਨੋਂ ਜਾਣੇ ਤਲਵੰਡੀ ਪਾਈ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਆ ਗਏ। ਇਸ ਸੰਬੰਧੀ ਮ੍ਰਿਤਕ ਹਰਵਿੰਦਰ ਸਿੰਘ ਦੇ ਚਾਚਾ ਕੁਲਦੀਪ ਸਿੰਘ ਨੇ ਦੱਸਿਆ ਕਿ ਦੋਨੇ ਨੌਜਵਾਨ ਵਿਦੇਸ਼ ਜਾਣਾ ਚਾਹੁੰਦੇ ਸਨ, ਕੱਲ੍ਹ ਵੀ ਜਲੰਧਰ ਕਿਸੇ ਏਜੰਟ ਕੋਲ ਗਏ ਸਨ ਜਿਨ੍ਹਾਂ ਦੀ ਗੱਲ ਸਿਰੇ ਨਹੀਂ ਲੱਗੀ, ਜਿਸ ਤੋਂ ਬਾਅਦ ਉਹਨਾਂ ਵੱਲੋਂ ਇਹ ਕਦਮ ਚੁੱਕਿਆ ਗਿਆ। ਜ਼ਿਕਰਯੋਗ ਹੈ ਕਿ ਹਰਵਿੰਦਰ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ, ਜਦਕਿ ਲਵਵੀਰ ਸਿੰਘ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ ਅਤੇ ਉਹ ਵੀ ਆਪਣੀ ਮਾਂ ਅਤੇ ਭੈਣ ਦਾ ਸਹਾਰਾ ਸੀ। ਘਟਨਾ ਦਾ ਪਤਾ ਲੱਗਣ 'ਤੇ ਦੋਵਾਂ ਪਿੰਡਾਂ ਵਿੱਚ ਮਾਤਮ ਛਾਇਆ ਹੋਇਆ ਹੈ। ਹੋਰ ਇਸ ਮੌਕੇ ਉੱਤੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਕੀ ਕਹਿਣਾ ਹੈ ਉਹ ਤੁਸੀਂ ਵੀ ਸੁਣੋ। ਇਹ ਘਟਨਾ ਜੀ ਇਸ ਤਰ੍ਹਾਂ ਹੋਈ, ਇਹ ਦੋਨੋਂ ਪੜ੍ਹਦੇ ਇਕੱਠੇ ਸੀਗੇ, ਚੰਗਾ ਪਿਆਰ ਸੀ ਇਹਨਾਂ ਦਾ। ਬੇਰੁਜ਼ਗਾਰੀ ਕਾਰਨ ਬਾਹਰ ਦੇ ਚੱਕਰ 'ਚ ਕਿਤੇ ਗਏ ਸੀਗੇ ਕਿਸੇ ਏਜੰਟ ਕੋਲ ਸਲਾਹ ਲੈਣ, ਠੀਕ ਹੈ। ਉੱਥੋਂ ਕੋਈ ਪਤਾ ਨਹੀਂ ਕੀ ਜਵਾਬ ਮਿਲਿਆ ਇਹਨਾਂ ਨੂੰ, ਉਹ ਨਾ ਹੋਈ ਕਿ ਆ ਕੇ ਐਡਾ ਵੱਡਾ ਫੈਸਲਾ ਲੈ ਲਿਆ। ਸਾਨੂੰ ਇਸ ਬਾਰੇ ਕੋਈ ਪਤਾ ਨਹੀਂ ਗਾ, ਅਸੀਂ ਕੁਛ ਨਹੀਂ ਇਹਦੇ ਬਾਰੇ। ਕੀ ਨਾਂ ਸੀਗਾ ਜੀ ਬੱਚਿਆਂ ਦਾ? ਹਰਵਿੰਦਰ ਸਿੰਘ, ਸਾਨੂੰ ਹਰਚੰਦ ਸਿੰਘ। ਇਹ ਹੈਗਾ ਸੀ ਬੜਾ ਜਵਾਹਰ ਸਿੰਘ ਵਾਲਾ, ਜਵਾਹਰ ਸਿੰਘ। ਲਵਵੀਰ ਸਿੰਘ, ਸਾਨੂੰ ਜਗਰਾਜ ਸਿੰਘ, ਪਿੰਡ ਗੋਕੇ। ਅੱਛਾ, ਇਹ ਦੋਨੋਂ ਬੱਚੇ ਸੀਗੇ। ਸ਼ਾਮ ਦਾ ਟਾਈਮ ਸੀ ਜਦੋਂ ਮੁੜ ਕੇ ਆਏ ਆ ਘਰੋਂ, ਉਗੋਕੇ ਨੂੰ ਗਏ ਆ। ਉਗੋਕੇ ਤੋਂ ਵਾਪਸ ਆਉਂਦਿਆਂ ਕੋਈ ਘਟਨਾ ਘਟੀ ਹੈ ਇਹਨਾਂ ਨੇ। ਉਦੋਂ ਬਾਅਦ ਅਸੀਂ ਉੱਥੇ ਮੈਡੀਕਲ ਲੈ ਗਏ, ਮੈਡੀਕਲ ਤੋਂ ਸਾਨੂੰ ਨਹੀਂ ਕੋਈ ਰਿਸਪੋਂਸ ਮਿਲਿਆ ਤਾਂ ਅਸੀਂ ਪ੍ਰਾਈਵੇਟ ਹੋਸਪਿਟਲ ਲੈ ਗਏ, ਜਿੱਥੇ ਇਹਨਾਂ ਦੀ ਦੋਨਾਂ ਦੀ ਇੱਕੋ ਸਮੇਂ ਡੈਥ। ਇਹਦੇ 'ਚ ਹਰਵਿੰਦਰ ਸਿੰਘ ਪੁੱਤਰ ਹਰਚੰਦ ਸਿੰਘ ਵਾਸੀ ਵਾੜਾ ਜਵੈਦ ਵਾੜਾ ਜੈਦ ਅਤੇ ਦੂਜਾ ਲਵਵੀਰ ਸਿੰਘ, ਲਵਵੀਰ ਸਿੰਘ ਪੁੱਤਰ ਜੁਗਰਾਜ ਸਿੰਘ ਵਾਸੀ ਉਗੋਕੇ। ਇਹ ਦੋਨੇ ਦੋਸਤ ਸੀਗੇ, ਇਕੱਠੇ ਪੜ੍ਹੇ 10th ਕਲਾਸ ਤੱਕ, ਪਲੱਸ ਟੂ ਤੱਕ ਜੀ। ਇਹ ਦੋਨੇ ਵਿਦੇਸ਼ ਜਾਣਾ ਚਾਹੁੰਦੇ ਸੀਗੇ, ਭਰਾਵਾਂ ਵਾਲਾ ਪਿਆਰ ਸੀ ਉਸ ਵਿੱਚ ਇਹਨਾਂ ਦਾ, ਅਤੇ ਕਾਫੀ ਟਾਈਮ ਤੋਂ ਇਹ ਕੋਸ਼ਿਸ਼ ਕਰ ਰਹੇ ਸੀਗੇ, ਬਟ ਇਹਨਾਂ ਦਾ ਕੋਈ ਉਹ ਇੱਛਾ ਪੂਰੀ ਨਹੀਂ ਹੋ ਰਹੀ ਸੀਗੀ। ਇਸ ਤੋਂ ਇਹਨਾਂ ਨੇ ਪਰੇਸ਼ਾਨ ਹੋ ਕੇ ਡਿਪਰੈਸ਼ਨ 'ਚ ਆ ਕੇ ਕੋਈ ਜ਼ਹਿਰੀਲੀ ਚੀਜ਼ ਨਿਕਲ ਲਈ ਹੈ, ਫਿਰ ਉਹਨੂੰ ਹਸਪਤਾਲ ਦਾਖਲ ਕਰਾਇਆ ਜਿੱਥੇ ਉਹਨਾਂ ਦੀ ਡੈਥ ਹੋ ਗਈ ਹੈ। ਅਤੇ ਉਹਨਾਂ ਦੇ ਪਰਿਵਾਰ ਮੁਤਾਬਕ ਵੀ ਕਿਸੇ ਤਰ੍ਹਾਂ ਦੀ ਮਤਲਬ ਉਹਨਾਂ ਨੂੰ ਵੀ ਕੋਈ ਕਿਸੇ ਦਾ ਕੋਈ ਕਸੂਰ ਨਹੀਂ ਹੈ। ਅਤੇ ਅਸੀਂ ਫਿਰ ਵੀ ਮਰਗ ਇਨਸਾਨ ਹੋਣ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ। ਫਿਰੋਜ਼ਪੁਰ ਤੋਂ ਗੁਰਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ, ਦਾ ਪਬਲਿਕ ਟਾਈਮਸ।